ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਹਾਂ ਵੀਰੇ ਰਾਣਾ। ਪੰਜਾਬ ਦਿਨ ਭਰ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਪੰਜਾਬ ਦੀਆਂ ਮੁੱਖ ਖਬਰਾਂ, ਜਿਹੜੀਆਂ ਵੱਡੀਆਂ ਖਬਰਾਂ ਵਾ, ਉਹ ਤੁਹਾਨੂੰ ਦਿਖਾਉਂਦੇ ਹਾਂ ਤਾਂ ਸੁਣਾਉਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਮਜ਼ਦਗੀਆਂ ਦੀ। ਅੱਜ ਸੋਮਵਾਰ ਦਾ ਦਿਨ, ਪੂਰਾ ਦਿਨ ਤਕਰੀਬਨ ਨਾਮਜ਼ਦਗੀਆਂ ਦੇ ਨਾਮ ਰਿਹਾ। ਵੱਖ ਵੱਖ ਪਾਰਟੀ ਦੇ ਆਗੂਆਂ ਨੇ, ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ। ਜ਼ਿਲ੍ਹਾ ਚੋਣ ਅਧਿਕਾਰੀ ਅਤੇ DC ਨੂੰ ਆਪਣੇ ਨਾਮਜ਼ਦਗੀ ਪੱਤਰ ਸੌਂਪੇ। ਹੁਸ਼ਿਆਰਪੁਰ ਤੋਂ ਭਾਜਪਾ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਅੱਜ ਦਾਖਲ ਕੀਤਾ ਗਿਆ। ਉਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਜ਼ਿਲ੍ਹਾ ਚੋਣ ਅਧਿਕਾਰੀ ਕਮ DC ਕੋਮਲ ਮਿੱਤਲ ਨੂੰ ਸੌਂਪਿਆ। ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੇ ਪਤੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਮੌਜੂਦ ਸਨ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਜ਼ਿਲ੍ਹਾ ਚੋਣ ਅਧਿਕਾਰੀ ਅਤੇ DC ਹਿਮਾਂਸ਼ੂ ਅਗਰਵਾਲ ਨੂੰ ਸੌਂਪਿਆ। ਉਹਨਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਬਲਕਾਰ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਉਹਨਾਂ ਨੇ ਵੱਡੀ ਜਿੱਤ ਦਾ ਦਾਅਵਾ ਕੀਤਾ। ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਸੌਂਪਿਆ। ਇਸ ਦੌਰਾਨ ਉਹਨਾਂ ਦੇ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਆਸਾਮ ਤੋਂ ਉਚੇਚੇ ਤੌਰ 'ਤੇ ਪਹੁੰਚੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਵੀ ਮੌਜੂਦ ਸਨ। ਇਸ ਦੌਰਾਨ ਇੱਕ ਰੋਡ ਸ਼ੋਅ ਕੀਤਾ ਗਿਆ ਅਤੇ ਦੋਵੇਂ ਹੀ ਲੀਡਰਾਂ ਦੇ ਨਾਲ ਵੱਡੀ ਲੀਡਰਸ਼ਿਪ ਅਤੇ ਵਰਕਰ ਮੌਜੂਦ ਰਹੇ। ਅੰਮ੍ਰਿਤਸਰ 'ਚ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ। ਉਹਨਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਨਾਮਜ਼ਦਗੀ ਪੱਤਰ ਭਰੇ। ਦੋਵਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਹਾਲਾਂਕਿ ਗੁਰਜੀਤ ਸਿੰਘ ਔਜਲਾ ਦੇ ਨਾਲ ਕਈ ਵੱਡੇ ਆਗੂ ਮੌਜੂਦ ਸਨ ਅਤੇ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਆਪਣੀ ਜਿੱਤ ਦਾ ਵੱਡਾ ਦਾਅਵਾ ਕੀਤਾ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਵੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਉਹਨਾਂ ਦੇ ਨਾਲ ਇਸ ਮੌਕੇ ਦੋ ਹਲਕਾ ਵਿਧਾਇਕ ਮੌਜੂਦ ਸਨ ਅਤੇ ਕਈ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੇ ਵਰਕਰ ਮੌਜੂਦ ਸਨ। ਹਾਲਾਂਕਿ ਅੱਜ CM ਭਗਵੰਤ ਮਾਨ ਵੀ ਲੁਧਿਆਣਾ 'ਚ ਹੀ ਸਨ, ਲੇਕਿਨ ਉਹ ਉੱਘੇ ਸਾਹਿਤਕਾਰ ਅਤੇ ਲੇਖਕ ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਤੋਂ ਬਾਅਦ ਪਰਤ ਗਏ। ਇਸ ਦੌਰਾਨ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਇੱਕ ਰੋਡ ਸ਼ੋਅ ਵੀ ਅਸੀਂ ਕਰਨਾ ਸੀ, ਲੇਕਿਨ ਕਿਉਂਕਿ ਪੰਜਾਬ ਦਾ ਇੱਕ ਵੱਡਾ ਲਿਖਾਰੀ ਇਸ ਦੁਨੀਆ ਤੋਂ ਅਲਵਿਦਾ ਕਿਹਾ ਗਿਆ, ਇਸ ਕਰਕੇ ਰੋਡ ਸ਼ੋਅ ਕੈਂਸਲ ਕਰ ਦਿੱਤਾ ਗਿਆ। ਸ਼ਕਤੀ ਪ੍ਰਦਰਸ਼ਨ ਕਰਕੇ ਪੇਪਰ ਭਰੇ, ਤੁਸੀਂ ਬੜੇ ਸਿੰਪਲ ਤਰੀਕੇ ਨਾਲ ਭਰੇ, ਕਿੱਦਾਂ? ਦੇਖੋ, ਪਹਿਲਾਂ ਤਾਂ ਸਾਡੇ ਅੱਜ ਅਸੀਂ ਆਮ ਆਦਮੀ ਹਾਂ, ਆਮ ਆਦਮੀ ਹਾਂ, ਔਰ ਸਭ ਨਾਲ ਵੱਡੀ ਗੱਲ ਅੱਜ ਪੰਜਾਬ ਦੀ ਮਾਂ ਬੋਲੀ ਦਾ ਜੋ ਅੱਜ ਸਾਨੂੰ ਘਾਟਾ ਪਿਆ ਵਾ ਪਾਤਰ ਸਾਹਿਬ ਦਾ, ਮੈਂ ਸਮਝਦਾ ਵੀ ਉਹਦੇ ਨਾਲ ਸਾਡਾ ਅੱਜ ਬਹੁਤ ਜ਼ਿਆਦਾ ਨੁਕਸਾਨ ਹੋਇਆ, ਕਿਉਂਕਿ ਉਹ ਰੱਬ ਨੂੰ ਪਿਆਰੇ ਹੋ ਗਏ। ਅਸੀਂ ਬਹੁਤ ਪਹਿਲਾਂ ਆਉਣਾ ਸੀਗਾ ਲੋ ਲਸ਼ਕਰ ਨਾਲ, ਪਰ ਉਹ ਉਹਨਾਂ ਦੀ ਖਬਰ ਸੁਣਦੇ ਸਾਰ
ਸਾਡੇ ਅੱਜ ਸੀਐਮ ਸਾਹਿਬ ਵੀ ਇਸੇ ਕਰਕੇ ਆਏ ਆ, ਇਸ ਕਰਕੇ ਅਸੀਂ ਸਾਰਾ ਪ੍ਰੋਗਰਾਮ ਜਿਹੜਾ ਉਹ ਚੇਂਜ ਕਰਕੇ ਸਿੰਪਲ ਤੌਰ 'ਤੇ ਮੈਂ ਆਪਣੇ ਸਾਥੀਆਂ ਨਾਲ MLA ਸਾਥੀ ਅਤੇ 5 ਬੰਦੇ ਅਸੀਂ ਫੈਮਿਲੀ ਦੇ ਆ ਕੇ ਇੱਥੇ ਸਿੰਪਲ ਕਾਗਜ਼ ਫਾਈਲ ਕਰਕੇ ਚੱਲੇ ਹਾਂ। ਔਰ ਅੱਜ ਇਹ ਗੱਲ ਦਾ ਵੀ ਤਹੀਆ ਕਰਕੇ ਚੱਲੇ ਹਾਂ ਕਿ ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਇਹ ਅੱਜ ਉਪਰਾਲਾ ਕਰਕੇ ਚੱਲੇ ਹਾਂ। ਇੱਥੋਂ ਪੇਪਰ ਫਾਈਲ ਕਰਕੇ ਲੋਕਾਂ ਦੀ ਕਚਹਿਰੀ 'ਚ ਜਾਣਾ, ਲੋਕਾਂ ਦੇ ਫਤਵੇ ਤੋਂ ਬਾਅਦ ਲੁਧਿਆਣੇ ਦੀ ਸੇਵਾ ਕਰਨੀ ਆ, ਔਰ ਲੁਧਿਆਣੇ ਦੇ ਲੋਕਾਂ ਦਾ ਜੋ ਬਣਦਾ ਹੱਕ ਆ ਉਹਦੇ ਹੱਕ ਦੀ ਲੜਾਈ ਲੜਨੀ। ਦੇਖੋ ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ, ਕੁਲਵੰਤ ਸਿੱਧੂ ਨੇ ਅਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰਤੀ ਸੀ। ਇਹ ਮੱਲੇ ਦੀ ਰਾਜਨੀਤੀ ਨਹੀਂ ਚੱਲਣੀ, ਇਹ ਦਿੱਲੀ ਦਾ ਕੰਮ ਆ। ਜਿਨ੍ਹਾਂ 'ਚ ਸ਼ਾਮਿਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੇ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਆਵਾਜ਼ ਨਹੀਂ ਚੱਕ ਕੇ ਗਿਆ, ਇਹ ਕੀ ਕਰੂਗੇ ਹੁਣ? ਜਲੰਧਰ BJP 'ਚ ਸ਼ਾਮਿਲ ਹੋ ਗਏ ਸੀ, ਅੱਜ ਇੱਥੇ ਲੁਧਿਆਣੇ, ਅੱਜ ਕਾਂਗਰਸ 'ਚ ਸ਼ਾਮਿਲ ਹੋ ਗਏ। ਇਹ ਮੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ, ਇਹ ਦਿੱਲੀ ਦਾ ਲੁਧਿਆਣੇ ਅਤੇ ਪੰਜਾਬ ਦੀ ਆਵਾਜ਼ ਆ। 13-0 ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ। ਦੇਖੋ ਜਿਹੜਾ ਵਿਰੋਧ ਹੋਇਆ ਵਾ ਉਹ ਜ਼ਖਮ ਨੇ ਪੰਜਾਬ ਦੇ ਅਤੇ ਪੰਜਾਬੀਆਂ ਨੂੰ ਦਿੱਤੇ ਜ਼ਖਮ ਕਾਂਗਰਸ ਵੱਲੋਂ, ਇਹ ਜ਼ਖਮ ਭਰੇ ਨਹੀਂ ਇਹਨਾਂ ਲੋਕਾਂ ਨੇ। ਇਹ ਅੱਗਿਓਂ ਹੋਰ ਗੱਲਾਂ ਕਰਕੇ ਜਦੋਂ ਦੇਖਿਆ, ਤੂੰ ਸਾਡੀ ਉਹ ਛੋਟੀ ਭੈਣ ਵੀ ਆ, ਉਹ ਬਾਬੇ ਨਾਨਕ ਦੇ ਨਾਲ ਪੰਜੇ ਨਾਲ ਆਪਣਾ ਪੰਜਾ ਮਿਲਾ ਰਹੀ ਆ। ਇਹ ਜ਼ਖਮ ਜਾਣ ਕੇ ਹਰਾਏ ਕਰਦੇ ਆ ਇਹ ਲੋਕ, ਇੱਕ ਦੁੱਖ ਦੀ ਨਬਜ਼ 'ਤੇ ਹੱਥ ਰੱਖ ਕੇ। ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦਾ ਪੰਜਾ ਕਿਵੇਂ ਮਿਲ ਜੂਗਾ? ਉਹਨੇ 84 'ਚ ਇਹਨਾਂ ਦੇ ਪੰਜੇ ਨੇ ਕੀ ਕੁਛ ਕੀਤਾ, ਬਾਬੇ ਨਾਨਕ ਦੇ ਪੰਜੇ ਨੇ 13-13 ਤੋਲ ਕੇ ਭੁੱਖਿਆਂ ਦਾ ਢਿੱਡ ਭਰਿਆ, ਔਰ ਦੁਨੀਆ ਵਸਾਉਣ 'ਚ ਬਾਬੇ ਨਾਨਕ ਨੇ ਆਪਣਾ ਆਸ਼ੀਰਵਾਦ ਦਿੱਤਾ। ਔਰ ਹਰ ਬੰਦਾ ਜਿਹੜਾ ਅੱਜ ਸੁੱਖ ਮਾਣ ਰਿਹਾ ਬਾਬੇ ਨਾਨਕ ਦੇ ਪੰਜੇ ਦੇ ਆਸ਼ੀਰਵਾਦ ਨਾਲ ਮਾਣ ਰਿਹਾ। ਇਹਨਾਂ ਦਾ ਪੰਜਾ 84 'ਚ ਲੋਕ ਜਾਣਦੇ ਆ, ਇਹਨਾਂ ਨੇ ਉਸੇ ਪੰਜੇ ਦੇ ਨਾਲ ਕੀ ਕੁਛ ਇਨਸਾਨੀਅਤ ਦਾ ਕਤਲੇਆਮ ਕੀਤਾ ਸੀਗਾ। ਅੱਜ ਉਸੇ ਕਰਕੇ ਵਿਰੋਧ ਤਾਂ ਹੋ ਰਹੀ ਆ ਕਾਂਗਰਸ ਦਾ, ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਮਿਲ ਕੇ ਹੁਣ ਸਿੱਧੂ ਮੂਸੇ ਦਾ ਹੱਲ ਕਰਨਾ ਚਾਹੁੰਦੇ ਹੋ? ਤੇ ਭੰਗੜੇ ਦਾ ਬਿੱਟੂ ਤੇ ਰਾਜਾ ਇਕੱਠੇ ਪਾਉਂਦੇ ਆ, ਹੁਣ ਅਸੀਂ ਕਿਵੇਂ ਨਿਸ਼ਾਨਾ ਬਣਾਉਂਦੇ ਹਾਂ? ਅਸੀਂ ਤਾਂ ਆਪਣੀ ਸੇਵਾ ਕਰਦੇ ਫਿਰਦੇ ਹਾਂ ਲੋਕਾਂ ਦੀ, ਉਹ ਆਪਸ ਦੇ ਵਿੱਚ ਹੀ ਉਹ ਕਨਈਏ ਦੇ ਉੱਥੇ ਇਕੱਠੇ, ਉਹ ਕ੍ਰਿਸਚਨ ਭਾਈਚਾਰੇ ਨੂੰ ਦੇਖਿਆ ਉੱਥੇ ਕੈਸੇ ਲਫਾਜ ਇਹਨਾਂ ਦੋਨਾਂ ਨੇ ਖੜ ਕੇ ਬੁਲਵਾਏ ਆ ਲੋਕਾਂ ਤੋਂ। ਇਹ ਜਦੋਂ ਕਨਈਆ ਬੋਲਦਾ ਸੀਗਾ ਉਦੋਂ ਇਹ ਦੋਨੇ ਉੱਠ ਕੇ ਕਹਿੰਦੇ ਜੇ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੀ ਏਕਤਾ ਲਈ। ਅੱਜ ਕ੍ਰਿਸਚਨ ਭਾਈਚਾਰੇ ਕੋਲ ਕਿਹੜੇ ਮੂੰਹ ਨਾਲ ਦੋਨੇ ਵੋਟਾਂ ਮੰਗਣ ਜਾਊਗੇ, ਜਿਹੜਾ ਉਹਨਾਂ ਦੇ ਹਾਜ਼ਰੀ ਦੇ ਵਿੱਚ ਘਨਈਏ ਨੇ ਗੱਲਾਂ ਕਹੀਆਂ ਨੇ। ਦੇਖੋ ਇਹਨਾਂ ਦਾ ਕੰਮ ਆ, ਪਹਿਲਾਂ ਕਰ ਲਓ ਫਿਰ ਮਾਫ਼ੀ ਮੰਗ ਲਓ। ਇਹ ਕੀ ਕੰਮ ਆ ਜਿਹੜਾ ਭਾਈਚਾਰੇ ਨੂੰ ਅਗਲੇ ਨੂੰ ਠੇਸ ਪਹੁੰਚਦੀ ਆ? ਕਿਉਂ ਨਾ ਚਰਚ ਬਣੂਗੀ, ਕਿਉਂ ਨਾ ਮੰਦਰ ਬਣੂਗਾ, ਕਿਉਂ ਨਾ ਗੁਰਦੁਆਰਾ ਬਣੂਗਾ, ਕਿਉਂ ਨਾ ਮਸਜਿਦ ਬਣੂਗੀ? ਇਹ ਆਮ ਆਦਮੀ ਪਾਰਟੀ ਆ, ਇਹ ਸਾਰਿਆਂ ਦੇ ਧਰਮਾਂ ਦਾ ਕਦਰ ਕਰਕੇ ਔਰ ਮੁੱਠੀ ਬੰਨ ਕੇ ਹਰ ਧਰਮ ਦੇ ਹੀ ਰਿਸਪੈਕਟ ਕਰਦੇ। ਸਿੱਧੂ ਮੂਸੇ ਵਾਲੇ ਫਾਦਰ ਨੇ ਆਰੋਪ ਲਾਇਆ ਕਿ ਇਨਸਾਫ ਨਹੀਂ ਮਿਲ ਪਾਇਆ ਉਹਨਾਂ ਨੂੰ, ਬਲਕੌਰ ਸਿੰਘ ਨੇ ਆਰੋਪ ਲਾਇਆ। ਦੇਖੋ ਰਾਜਾ ਜੋ ਮਰਜ਼ੀ ਕਹੀ ਜਾਵੇ, ਉਹ ਜਵਾਕ ਸਾਡੇ ਪੰਜਾਬ ਦੀ ਇੱਕ ਸ਼ਾਨ ਸੀ, ਉਹ ਸਾਡੇ ਪੰਜਾਬ ਦਾ ਨਾਮ ਸੀ। ਉਹਦੇ ਜਾਣ ਨਾਲ ਇਕੱਲੇ ਰਾਜੇ ਨੂੰ ਨਹੀਂ ਦੁੱਖ ਹੋਇਆ ਜਾਂ ਕਿਸੇ ਨੇ, ਸਾਰੀ ਇਨਸਾਨੀਅਤ ਨੂੰ ਦੁੱਖ ਹੋਇਆ, ਉਹਦਾ ਸਾਰਿਆਂ ਨੂੰ ਦੁੱਖ ਆ। ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਦਾ ਬਹੁਤ ਵੱਡਾ ਦੁੱਖ ਆ।
ਇਹਨਾਂ ਨੂੰ ਕਹੋ ਰੋਟੀਆਂ ਨਾ ਸੇਕੋ, ਇਹੋ ਜਿਹੇ ਉਹਨਾਂ ਦੇ ਜ਼ਖਮ ਨੇ, ਇਹ ਉਹਨਾਂ ਉੱਤੇ ਰੋਟੀਆਂ ਸੇਕ ਰਹੇ ਆ ਰਾਜਨੀਤੀ। ਤੁਸੀਂ ਮੈਨੂੰ ਇਹ ਦੱਸੋ, ਬਿੱਟੂ ਨੇ ਜਿਹੜੇ ਲੋਕਤੰਤਰ ਦੀ ਸਹੁੰ ਖਾਧੀ ਆ, 10 ਸਾਲ ਉਹ MP ਰਿਹਾ ਵਾ, ਕਿਉਂ ਟੈਕਸ ਨਾ ਦਊਗਾ? ਤੁਸੀਂ ਆ ਜਿੰਨੇ ਪੱਤਰਕਾਰ ਵੀਰ ਖੜ੍ਹੇ ਹੋ, ਬਾਕੀ ਬੰਦੇ ਖੜ੍ਹੇ ਆ, ਆਪਾਂ ਲੋਕ ਟੈਕਸ ਨਹੀਂ ਦਿੰਦੇ? ਦਿੰਦੇ ਹਾਂ ਨਾ। ਉਹਨੂੰ ਪੁੱਛੋ ਜਵਾਬ ਲੈ ਕੇ ਫਿਰ ਉਹਦੇ ਕੋਲੋਂ ਵੀ ਕਿਉਂ ਨਹੀਂ ਦੇਵੇਂਗਾ ਤੂੰ ਟੈਕਸ? ਉਹ ਕੋਈ ਅਲੱਗ ਚੀਜ਼ ਤਾਂ ਨਹੀਂ ਹੈਗਾ ਬਿੱਟੂ, ਜੇ ਮੈਂ ਟੈਕਸ ਦਿੰਦਾ, ਭੋਲਾ ਜੀ, ਸਿੱਧੂ, ਮੋਹੀ ਸਾਹਿਬ, ਅਸੀਂ ਸਾਰੇ ਟੈਕਸ ਦਿੰਦੇ ਹਾਂ, ਅਤੇ ਫਿਰ ਉਹਨੂੰ ਟੈਕਸ ਦੇਣ 'ਚ ਕੀ ਹਰਜ ਆ? ਪਹਿਲਾਂ ਤਾਂ ਉਹਦੇ 'ਤੇ ਕਾਰਵਾਈ ਇਸ ਗੱਲ ਦੀ ਹੋਣੀ ਚਾਹੀਦੀ, ਉਹਨੇ ਇੰਨੀ ਦੇਰ ਦਿੱਤਾ ਕਿਉਂ ਨਹੀਂ? ਪਹਿਲਾਂ ਤਾਂ 1,80,00,000 ਰੁਪਈਆ ਰਾਤੋ ਰਾਤ ਕਿਹੜੀ ਬਿੱਟੂ ਦੇ ਅੰਦਰ ਉੱਥੇ ਮਸ਼ੀਨ ਲੱਗੀ ਆ, ਜਿਹੜਾ ਉਹਨੇ ਛਾਪ ਕੇ ਜਮ੍ਹਾਂ ਕਰਾਤਾ, ਜਿਹੜਾ 8 ਸਾਲ ਕਰਾਇਆ ਨੀਗਾ, ਉਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਉਹ ਕਿੱਥੋਂ ਐਟ ਏ ਟਾਈਮ 1,80,00,000 ਰੁਪਈਆ ਆਇਆ, ਕਿਹਨੇ ਦਿੱਤਾ ਔਰ ਕਿਵੇਂ ਕਿੱਥੋਂ ਲੈ ਕੇ ਆਇਆ? ਮੈਂ ਤਾਂ ਮੇਰੇ ਕੋਲ ਆ ਕੇ ਸੌ ਜਾਵੇ ਉੱਥੇ, ਜਾਂ ਸਿੱਧੂ ਵਾਲਾ ਬੈੱਡ ਪਿਆ ਵਾ ਪੰਜਾਬ ਪ੍ਰਦੇਸ਼ ਕਾਂਗਰਸ 'ਚ, ਇੰਨੀ ਕੁ ਤਾਂ ਲਿਆ ਜਾਏਗੀ ਆ, ਉੱਥੋਂ ਚੱਕ ਲਿਆਵੇ। ਪੰਜਾਬੀ ਦੇ ਉੱਗੇ ਕਵੀ ਅਤੇ ਲੇਖਕ ਸੁਰਜੀਤ ਪਾਤਰ ਇਸ ਦੁਨੀਆ 'ਚ ਨਹੀਂ ਰਹੇ, ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ CM ਭਗਵੰਤ ਮਾਨ ਉਚੇਚੇ ਤੌਰ 'ਤੇ ਪਹੁੰਚੇ ਅਤੇ ਉਹਨਾਂ ਨੇ ਸੁਰਜੀਤ ਪਾਤਰ ਦੀ ਅਰਥੀ ਨੂੰ ਮੋਢਾ ਦੇ ਕੇ ਸ਼ਮਸ਼ਾਨ ਘਾਟ ਤੱਕ ਪਹੁੰਚਾਇਆ ਅਤੇ ਉਸ ਤੋਂ ਬਾਅਦ ਉਹ ਕਾਫੀ ਦੇਰ ਤੱਕ ਉੱਥੇ ਮੌਜੂਦ ਰਹੇ ਔਰ ਉਸ ਤੋਂ ਬਾਅਦ ਕਿਸੇ ਵੀ ਫੰਕਸ਼ਨ 'ਚ ਹਿੱਸਾ ਲਿਆ ਬਗੈਰ ਉੱਥੋਂ ਪਰਤ ਗਏ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਆਪਣੀ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਸਨ ਅਤੇ ਪਾਰਟੀ ਦੇ ਵੱਡੇ ਆਗੂ ਭੂੰਦੜ ਵੀ ਮੌਜੂਦ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ 'ਤੇ ਸ਼ਬਦੀ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਭਾਜਪਾ ਕੇਂਦਰ 'ਚ ਇਸ ਵਾਰ ਸਰਕਾਰ ਕਿਸੇ ਹਾਲਤ 'ਚ ਵੀ ਬਣਾ ਨਹੀਂ ਪਾਏਗੀ। ਪੰਜਾਬ ਦਿਨ ਭਰ ਦੇ ਬੁਲੇਟਿਨ ਦੇ ਵਿੱਚ ਅੱਜ ਇੰਨਾ ਹੀ। ਕੱਲ੍ਹ ਫਿਰ ਵੱਡੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ TV। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।